ओलंपिक्स दे विच भारत नूं 3 वार गोल्ड मैडल दिलान वाले बलबीर सिंह सीनियर तां अज साडे विच नहीं है, लेकिन अज देश भर दे लोक उहनां दा 97वां जन्म दिवस मना रहे ने। 10 अक्टूबर नूं ही उहनां दा जन्म होया सी ते उहनां दे जन्म दिहाड़े ते चंडीगढ़ दी इक आर्टिस्ट वल्लों बलबीर सिंह सीनियर नूं अपनी वक्री तरीके नाल इक श्रद्धांजलि दित्ती जा रही है। इक तस्वीर तुहानूं विखानी है। सब तों पहलां कि इह जिहड़ी तस्वीर तुसीं वेख रहे हो, इह बलबीर सिंह सीनियर दी ही तस्वीर है, जिहड़े कि 3 दफ़ा इंडिया नूं गोल्ड मैडल दिलाण दे विच जिहड़े सफल होए सीगे। इह उस दौर दे विच सफल होए सी जदों खेडां दी असल दे विच पहचान सीगी ते असल दे विच जिहड़ी हॉकी नूं जिहड़ी देश दी राष्ट्रीय खेड बनाउण दे विच अहम योगदान जिन्हां वल्लों दित्ता गया सी, उह सीगे बलबीर सिंह सीनियर। ये तस्वीर जिहड़ी तुसीं वेख रहे हो, ये अपने आप दे विच इक बड़ी खास जी तस्वीर है, क्योंकि ये तस्वीर किसी पेन या किसी पेंट ब्रश दे नाल नहीं बनी है, बल्कि ये बनी है उन्हां नूं याद करते हुए उन्हां दी हॉकी ते गेंद दे नाल। सुनन च अजीब लग रहा है, लेकिन ये हकीकत है। जिहड़ी तुसीं तस्वीर वेख रहे हो, ये हॉकी ते बॉल दे नाल ही बनाई गई है। तो ये बनाई है चंडीगढ़ दे इक आर्टिस्ट वरुण टंडन वल्लों। वरुण, सब तो पहला स्वागत है तुहाडा दैनिक सवेरा। नमस्ते जी। हाँ वरुण, असीं जानना चाहवांगे, ये बड़ी अजीब जी असीं देख रहे हैं कि हर कोई जिहड़ी पेंटिंग बनाउंदा, कोई आर्टिस्ट पेंटिंग बनाउंदा, वो ब्रश ते कैनवस दा यूज़ करदा, ਤੁਸੀਂ ਤਾਂ ਹਾਕੀ ਨੂੰ ਹੀ ਜਿਹੜਾ ਕੈਨਵਸ ਬਣਾ ਦਿੱਤਾ। ਹਾਂਜੀ ਬਿਲਕੁਲ, ਮੈਂ ਤੁਹਾਨੂੰ ਇਸ ਪੋਰਟਰੇਟ ਦੇ ਬਾਰੇ ਦੱਸਣਾ ਚਾਹੂੰਗਾ। ਜਿਹੜੀ ਪੋਰਟਰੇਟ ਤੁਸੀਂ ਦੇਖਦੇ ਆ, ਇਹ ਕਿੰਗ ਸਾਈਜ਼ ਪੋਰਟਰੇਟ ਹੈਗੀ ਆ, ਅਤੇ ਕਿੰਗ ਸਾਈਜ਼ ਪੋਰਟਰੇਟ ਇੱਕ ਕਿੰਗ ਵਾਸਤੇ ਮੈਂ ਤਿਆਰ ਕੀਤੀ ਹੈ, ਔਰ ਇਸਦੀ ਜੋ ਡਾਇਮੈਂਸ਼ਨ ਹੈ ਉਹ ਹੈ 23 ਫੁੱਟ ਬਾਏ 15 ਫੁੱਟ। ਔਰ ਇਹਦੀ ਸਭ ਤੋਂ ਅਲੱਗ ਗੱਲ ਇਹ ਹੈ ਕਿ ਇਹ ਜਿਹੜੀ ਪੋਰਟਰੇਟ ਤੁਸੀਂ ਦੇਖਦੇ ਹੋ, ਇਹ ਮੈਂ ਹਾਕੀ ਔਰ ਬੋਲ ਦੇ ਨਾਲ ਬਣਾਈ ਹੈ। ਮਤਲਬ ਬੇਸਿਕਲੀ ਇਹਨੂੰ ਕਹਿ ਸਕਦੇ ਹੈਗੇ ਹਾਂ ਕਿ ਮੈਂ ਹਲਕੀ ਜੋ ਹਾਕੀ ਹੈ ਅਤੇ ਬੋਲ ਨੂੰ ਹਾਕੀ ਦੇ ਨਾਲ ਪੁਸ਼ ਕਰਦੇ ਇਹ ਪੋਰਟਰੇਟ ਤਿਆਰ ਕੀਤੀ। ਮੈਂ ਪਹਿਲਾਂ ਬੋਲ ਨੂੰ ਇੰਕ ਦੇ ਵਿੱਚ ਡਿਪ ਕੀਤਾ, ਬਲੈਕ ਇੰਕ ਵਿੱਚ, ਅਤੇ ਉਸ ਤੋਂ ਬਾਅਦ 'ਚੋਂ ਜਿਹੜਾ ਪੇਪਰ ਹੈਗਾ ਉਹਦੇ ਉੱਤੇ ਮੈਂ ਹਾਕੀ ਦੇ ਨਾਲ ਮੂਵ ਕਰਨ ਲੱਗ ਗਿਆ। ਅਤੇ ਇਹ ਜਿਹੜੀ ਤੁਸੀਂ ਤਸਵੀਰ ਉਕੇਰੀ ਹੈ ਬਲਬੀਰ ਸਿੰਘ ਸੀਨੀਅਰ ਦੀ, ਇਹ ਕਿਸ ਵੇਲੇ ਦੀ ਤਸਵੀਰ ਹੈ? ਇਹ ਜਿਹੜੀ ਤਸਵੀਰ ਹੈਗੀ ਹੈ, ਇਹ 1950s ਦੇ ਵਿੱਚ ਦੀ ਤਸਵੀਰ ਹੈਗੀ ਹੈ, ਔਰ ਇਹ ਪੋਰਟਰੇਟ ਜਿਹੜੀ ਇਹਦੀ ਇੱਕ ਹੋਰ ਤੁਹਾਨੂੰ ਦੱਸਦਾ, ਇਹੀ ਪੋਰਟਰੇਟ ਮੈਂ ਕਿਉਂ ਬਣਾਈ, ਕਿਉਂਕਿ ਮੈਂ ਇੱਕ ਵਾਰ ਬਲਬੀਰ ਸਿੰਘ ਜੀ ਨੂੰ ਮਿਲਿਆ ਸੀਗਾ, ਅਤੇ ਉਦੋਂ ਮੈਂ ਉਹਨਾਂ ਦੀ ਪੋਰਟਰੇਟ, ਇਹੀ ਵਾਲੀ ਪੋਰਟਰੇਟ ਤਿਆਰ ਕੀਤੀ ਸੀਗੀ, ਇੱਕ ਟੁੱਟੀ ਹੋਈ ਹਾਕੀ ਸਟਿੱਕ ਦੇ ਨਾਲ। ਉਹ 'ਚ ਜੋ ਵੀ ਨਿਕਲਿਆ, ਚਾਹੇ ਉਹ ਸਟਿੱਕਰ ਸੀਗਾ, ਗ੍ਰਿਪ ਸੀਗੀ, ਉਹਦੀ ਥੋੜ੍ਹੀ ਲੱਕੜ ਸੀਗੀ, ਟੇਪ ਸੀਗੀ, ਉਹਦੇ ਨਾਲ ਪੋਰਟਰੇਟ ਤਿਆਰ ਕੀਤੀ ਸੀ। ਅਤੇ ਬਲਬੀਰ ਜੀ ਨੇ ਉਦੋਂ ਮੈਨੂੰ ਇਹ ਵਾਲੀ ਪੋਰਟਰੇਟ ਆਪਣੇ ਸਾਈਨ ਕਰਕੇ ਮੈਨੂੰ ਦਿੱਤੀ ਸੀਗੀ, ਅਤੇ ਮੈਨੂੰ ਲੱਗਾ ਕਿ ਹਾਂ, ਮੈਂ ਆਹ ਜਿਹੜੀ ਪੋਰਟਰੇਟ ਹੈਗੀ ਹੈ ਇਹਨੂੰ ਇੱਕ ਅਲੱਗ ਢੰਗ ਦੇ ਨਾਲ ਪੇਸ਼ ਕਰਾਂ ਔਰ ਇੱਕ ਸ਼ਰਧਾਂਜਲੀ ਦੇਵਾਂ। ਅਸੀਂ ਵਰੁਣ, ਅਸੀਂ ਦੇਖ ਰਹੇ ਹਾਂ ਕਿ ਇੱਥੇ ਹਾਕੀ ਵੀ ਰੱਖੀ ਗਈ ਹੈ ਰੀਓ ਓਲੰਪਿਕਸ 2016 ਦੀ, ਅਤੇ ਇਹਦੇ ਨਾਲ ਵੀ ਕੋਈ ਖਾਸ ਯਾਦਾਂ ਜੁੜੀਆਂ ਨੇ? ਹਾਂਜੀ, ਇਹ ਜਿਹੜੀ ਓਲੰਪਿਕਸ ਦੀ ਹਾਕੀ ਹੈਗੀ ਹੈ, ਇਹਦੇ ਉੱਤੇ ਜਿਹੜੇ ਓਲੰਪਿਕਸ ਦੇ ਹਾਕੀ ਪਲੇਅਰ ਹੈ ਉਹਨਾਂ ਦੇ ਸਾਈਨ ਹੈ। ਹਾਂਜੀ, ਬਲਬੀਰ ਸਿੰਘ ਸੀਨੀਅਰ ਦੇ ਵੀ ਇਹਦੇ ਸਾਈਨ ਹੈਗੇ। ਅਤੇ ਅੱਛਾ, ਅਸੀਂ ਜਾਣਨਾ ਚਾਹਵਾਂਗੇ, ਇਹ ਜਿਹੜੀ ਤੁਸੀਂ ਪੋਰਟਰੇਟ ਤਿਆਰ ਕੀਤਾ ਹੈ, ਇਹ ਕਿੰਨਾ ਟਾਈਮ ਇਸ ਨੂੰ ਬਣਾਉਣ ਦੇ ਵਿੱਚ ਲੱਗਿਆ? ਇਹ ਜਿਹੜੀ ਪੋਰਟਰੇਟ ਹੈਗੀ ਹੈ ਇਹਨੂੰ ਬਣਾਉਣ ਲਈ ਮੈਨੂੰ 10 ਦਿਨ ਦਾ ਟਾਈਮ ਲੱਗਾ ਸੀਗਾ, ਔਰ ਇਹਦੇ ਵਿੱਚ ਕਾਫੀ ਸਾਰੇ ਚੈਲੰਜਸ ਆਏ ਕਿ ਬੋਲ ਨੂੰ ਹਾਕੀ ਦੇ ਨਾਲ ਬੈਲੈਂਸ ਕਰਨਾ ਉਹ ਬਹੁਤ ਹੀ ਔਖਾ ਸੀਗਾ, ਅਤੇ ਇਸ ਕਰਕੇ ਇਹਨੂੰ ਥੋੜ੍ਹਾ ਜ਼ਿਆਦਾ ਟਾਈਮ ਲੱਗਾ। ਅੱਛਾ, ਅਸੀਂ ਜਾਣਨਾ ਚਾਹਵਾਂਗੇ ਜਿਹੜਾ ਤੁਸੀਂ ਇਹਦੇ 'ਚ ਮਟੀਰੀਅਲ ਯੂਜ਼ ਕੀਤਾ, ਕਿਹੜਾ ਮਟੀਰੀਅਲ ਹੈਗਾ, ਕਿ ਇਹ ਕਿਹੜਾ ਪੇਂਟ ਇਹਦੇ ਵਿੱਚ ਲਿਖਿਆ ਗਿਆ? ਇਹ ਜਿਹੜਾ ਮੈਂ ਯੂਜ਼ ਕੀਤਾ ਹੈਗਾ, ਇਹ ਕਾਲੀ ਸ਼ਾਹੀ ਹੈ, ਬਲੈਕ ਇੰਕ, ਇਹ ਪਾਊਡਰ ਦੀ ਫੋਰਮ ਦੇ ਵਿੱਚ ਸੀਗਾ ਜਿਹੜਾ ਕਿ ਮੈਂ ਪਾਣੀ ਦੇ ਵਿੱਚ ਘੋਲਿਆ, ਉਹ ਤੋਂ ਬਾਅਦ 'ਚੋਂ ਬੋਲ ਨੂੰ ਉਹਦੇ ਵਿੱਚ ਡਿਪ ਕੀਤਾ, ਫਿਰ ਇਹਦੇ ਉੱਤੇ ਅਪਲਾਈ ਕੀਤਾ। ਅਤੇ ਮਾਈਂਡ ਦੇ ਵਿੱਚ ਪਹਿਲਾਂ ਤਸਵੀਰ ਤੁਸੀਂ ਉਕੇਰੀ ਹੋਣੀ, ਫਿਰ ਉਸ ਤੋਂ ਬਾਅਦ? ਬਿਲਕੁਲ ਬਿਲਕੁਲ ਬਿਲਕੁਲ, ਇਹ ਜਿਹੜੀ ਤਸਵੀਰ ਹੈਗੀ ਹੈ ਇਹ ਪਹਿਲਾਂ ਜਿੱਦਾਂ ਤੁਸੀਂ ਕਹਿੰਦੇ ਮਾਈਂਡ ਵਿੱਚ, ਮਾਈਂਡ ਮੇਰਾ ਕਾਗਜ਼ 'ਚ ਹੀ ਹੈਗਾ, ਠੀਕ ਹੈ, ਪਹਿਲਾਂ ਇਹਦੇ ਉੱਤੇ ਉਕੇਰੀ, ਠੀਕ ਹੈ, ਉਹ ਤੋਂ ਬਾਅਦ 'ਚੋਂ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
अच्छा असी वरुण इत्थे एक चीज़ होर वक्री देख रहे हैं, अक्सर कोई आर्टिस्ट अपनी जड़ी पेंटिंग्स वगैरह वो करता प्रेजेंट करता है, वो एग्जीबिशन वगैरह लगाता एग्जीबिट करता है, वह किसी म्यूजियम या किसी आर्ट गैलरी के लगा, तुसी एक वड्डे एक हॉकी स्टेडियम दे विच ही इस नूं एक जीवंत रूप दिता है, इहदे पिछे की? क्योंकि बलबीर जी ने अपनी पूरी लाइफ जिहड़ी आ हॉकी नूं समर्पित कीती सीगी, इस करके मैं जिहड़ा हैगा ट्रिब्यूट इहनां नूं हॉकी स्टेडियम दे विच ही दित्ती है। हॉकी स्टेडियम के बीच ही तुसी ये ट्रिब्यूट जी इन्हों दे रहे हो, ये बिल्कुल तुसी वेख्या कि एक जड़े आर्टिस्ट वरुण टंडन हैगे उन्हां वालों इस जड़ी एक पोर्ट्रेट नूं तैयार किया गया 25 फुट बाय 13 फुट की जड़ी ये पोर्ट्रेट हैगा, तुसी वेख सकते हो ये कागज़ के उत्ते हॉकी ते बॉल दे नाल जड़िया बनाया गया है, एक वड्डी तरीके दी अगर कहिए तो एक वक्रे तरीके दी कहिए कि एक श्रद्धांजलि दी गई है उन्होंने जन्मदिन ते जड़ा बलबीर सिंह सीनियर उन्होंने एक आर्टिस्ट लो तैयार किया गया है। ये हॉकी स्टेडियम जड़ा तुसी वेख रहे हो ते इत्थे इस पेंटिंग नूं लगाउंदा वी इन्हां वल्लों मकसद दस्सिया गया है कि वह चाहते सीगे कि बलबीर सिंह सीनियर ने अपनी पूरी जिंदगी जिहड़ी है हॉकी नूं जिहड़ी है वह समर्पित की है, तो अज उन्हां दे जन्मदिन ते अगर उन्हां नूं हॉकी दे नाल ही याद ना किया गया तो ठीक नहीं रहेगा, इसीलिए उन्होंने हॉकी ते बॉल दे राही इस पेंटिंग नूं पहले तैयार किया, तो जिहड़ी उन्हां दी पहचान सीगी हॉकी स्टेडियम उत्थे इस नूं लिया के प्रजेंट किया है, तो ये अपनी तरफों एक वक्रे तरीके की जिहड़ी है उन्होंने श्रद्धांजलि अज इन्हां वल्लों दित्ती जा रही है। चंडीगढ़ तो कैमरामैन उमा यादव दे नाल अंकुश महाजन, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठगा तो सावधान, स्पेशलिस्ट वशीकरण सट्टा नंबर, लव मैरिज पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान, फ्री 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 मियां रफीक मोहम्मद, मोबाइल 84374 9947 84374 9948। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।